ਸਾਡੇ ਕਾਲਜ ਤੋਂ ਸਾਡੀ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਤਾਪਸੀ ਪੰਨੂ ਜੀ, ਉਹ ਮੇਰੇ ਹੀ ਸਟੂਡੈਂਟ ਰਹੇ ਨੇ। ਸਾਡੇ ਲੰਗੜਾ ਪ੍ਰੋਡਕਸ਼ਨਸ ਦਾ ਬੱਚਾ ਹੈਗਾ ਰਮਨ ਬੇਸਿਲ, ਬਹੁਤ ਅੱਛਾ ਕੋਮੇਡੀ ਸਕਿੱਟਸ ਬਣਾਉਂਦੇ ਨੇ, ਔਨਲਾਈਨ ਸਾਰਾ ਕੁਝ ਆਉਂਦਾ। ਯੂਟਿਊਬ ਚੈਨਲ ਦੇ ਨੇ ਹਰਸ਼ਪ੍ਰੀਤ ਆਹੂਜਾ। ਅਤੇ ਮੇਰੀ ਇੱਥੇ ਸੋਚ ਇਹ ਜਾਂਦੀ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਆਪਣੇ ਖੰਭ, ਆਪਣੇ ਵਿੰਗਸ ਦੇਣੇ ਚਾਹੀਦੇ ਨੇ, ਉਹਨਾਂ ਦੀ ਸੋਚ ਨੂੰ ਉਡਾਰੀ ਮਾਰਨ ਦੇਣੀ ਚਾਹੀਦੀ ਹੈ ਕਿ ਐਂਟਰਪ੍ਰਨਰਸ਼ਿਪ ਨੂੰ, ਸਟਾਰਟਅਪਸ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਤੁਸੀਂ ਨੌਕਰੀ ਲੈਣ ਵਾਲੇ ਨਾ ਬਣੋ, ਰਾਦਰ ਨੌਕਰੀਆਂ ਜਨਰੇਟ ਕਰੋ। ਅਤੇ ਘਰ ਦੇ ਵਿੱਚ ਜਿਹੜੇ ਪੇਰੈਂਟਸ ਨੇ ਜਾਂ ਜੇ ਉਹਨਾਂ ਦਾ ਜਿਹੜਾ ਕੰਮ ਹੈ ਤਾਂ ਬੱਚੇ ਕੀ ਹੁੰਦੇ ਸੀ, ਨਾਲ ਹੱਥ ਵਟਾਉਂਦੇ ਸੀ, ਨਾਲ ਉਹਨਾਂ ਦੇ ਜਾਂਦੇ ਸੀਗੇ। ਅੱਜ ਕੱਲ੍ਹ ਜੇ ਗੱਲ ਕੀਤੀ ਜਾਵੇ ਉਹ ਚੀਜ਼ ਨਹੀਂ ਹੈ। ਹੁਣ ਅੱਜ ਦਾ ਜ਼ਮਾਨਾ ਜਿਹੜਾ ਬੱਚਾ ਫੋਰਸ 'ਤੇ ਆਪਾਂ ਕਰ ਨਹੀਂ ਸਕਦੇ, ਅਸੀਂ ਤੁਹਾਡੇ ਮੈਂਟਰਸ ਹਾਂ। ਹੁਣ ਟੀਚਰ ਦਾ ਰੋਲ ਬਾਏ ਐਂਡ ਲਾਰਜ ਇੱਕ ਮੈਂਟਰ ਵਾਲਾ ਰੋਲ ਹੋ ਗਿਆ ਜਿਹੜਾ ਬੱਚੇ ਦੀ ਲਾਈਫ ਦਾ ਪਾਥਵੇ ਉਹਨੂੰ ਦੱਸ ਸਕੇ। ਅਗਰ ਬੱਚਿਆਂ ਨੂੰ ਥੋੜ੍ਹਾ ਜਿਹਾ ਫੈਸਿਲੀਟੇਟ ਕਰਨ, ਆਪਣੀ ਈਗੋ ਨੂੰ ਥੋੜ੍ਹਾ ਜਿਹਾ ਥੱਲੇ ਕਰਨ, ਔਰ ਬੱਚਿਆਂ ਨੂੰ ਇਹ ਥੋੜ੍ਹਾ ਜਿਹਾ ਸਪੇਸ ਦੇਣ ਬੱਚੇ ਨੂੰ ਕਿ ਜਦੋਂ ਆਪਣੇ ਕੀ ਦੇਖਣਗੇ ਕਿ ਆਈਡੀਆ ਯਾਰ ਸਾਡੇ ਹੱਥੋਂ ਨਿਕਲਿਆ ਸੀ, ਸਾਡੇ ਨਾਲ ਬੱਚਿਆਂ ਨੇ ਡਿਸਕਸ ਕੀਤਾ ਸੀ, ਅੱਜ ਇਹ ਸਾਡਾ ਬੱਚਾ ਕਿੱਡੀ ਵੱਡੀ ਬੁਲੰਦੀਆਂ 'ਤੇ ਪਹੁੰਚਿਆ ਹੋਇਆ। ਜੇ ਗੱਲ ਕੀਤੀ ਜਾਵੇ ਤਾਂ ਨੋਰਮਲੀ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਅਗਰ ਪੇਰੈਂਟਸ, ਅਗਰ ਫਾਦਰ ਜਿਹੜਾ ਉਹ ਬਿਜ਼ਨਸ ਰਨ ਕਰਦੇ ਆ ਤਾਂ ਹਮੇਸ਼ਾ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਕਿ ਆਪਣੇ ਬੱਚੇ ਨੂੰ ਵੀ ਬਿਜ਼ਨਸ ਦੇ ਵਿੱਚ ਹੀ ਪਾਉਣਾ। ਜੇ ਖੁਦ ਇੰਜੀਨੀਅਰ ਨੇ ਤਾਂ ਉਹਨਾਂ ਨੂੰ ਹੁੰਦਾ ਕਿ ਬੱਚੇ ਜਿਹੜੇ ਨੇ ਉਹ ਵੀ ਇੰਜੀਨੀਅਰ ਬਣਨ ਅਤੇ ਮੇਰੇ ਤੋਂ ਵੱਡੇ ਇੰਜੀਨੀਅਰ ਬਣਨ। ਪਰ ਕੀ ਇਹ ਸੋਚ ਸਹੀ ਹੈ? ਕਿਉਂਕਿ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਕਾਫੀ ਗੜਬੜ ਹੈ। ਪਰ ਉੱਥੇ ਹੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਪੇਰੈਂਟਸ ਦੀ ਆ, ਸਾਡੇ ਜਿਹੜੇ ਸੋਸਾਇਟੀ ਦੀ ਸੋਚ ਹੈ, ਉਹਦੇ 'ਚ ਕਾਫੀ ਜਿਹੜਾ ਉਹ ਇੱਕ ਅੜਚਨ ਹੈ ਇਸ ਚੀਜ਼ ਦੀ ਕਿ ਬੱਚੇ ਅਗਰ ਇੱਕ ਚੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਉਹਦੇ ਪੇਰੈਂਟਸ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਜਾਂਦਾ, ਬੱਚੇ ਜਿਹੜਾ ਉਹ ਖੁੱਲ੍ਹ ਨਹੀਂ ਪਾਉਂਦੇ ਆਪਣੇ, ਜੇ ਆਪਾਂ ਨੋਰਮਲ ਪੰਜਾਬੀ 'ਚ ਗੱਲ ਕਰੀਏ ਤਾਂ ਆਪਣੇ ਖੰਭ ਨਹੀਂ ਖਿਲਾਰ ਪਾਉਂਦੇ ਉੱਡਣ ਵਾਸਤੇ, ਅਤੇ ਉਹਨਾਂ ਨੂੰ ਜਿਹੜਾ ਉਹ ਉੱਡਣ ਤੋਂ ਪਹਿਲਾਂ ਹੀ ਬੰਨ ਲਿਆ ਜਾਂਦਾ। ਅੱਜ ਸਾਡੇ ਨਾਲ ਇੱਕ ਅਜਿਹੇ ਸ਼ਖਸ ਮੌਜੂਦ ਨੇ ਜਿਨ੍ਹਾਂ ਦੀ ਸੋਚ ਬਹੁਤ ਵੱਖਰੀ ਹੈ, ਬਹੁਤ ਹੀ ਜਿਹੜਾ ਉਹ ਰੋਸ਼ਨਾਉਣ ਵਾਲੀ ਹੈ ਕਿ ਜਿਹੜੇ ਲੋਕ ਇੱਦਾਂ ਦੀ ਸੋਚ ਰੱਖਦੇ ਨੇ ਉਹਨਾਂ ਨੂੰ ਇੱਕ ਚਾਨਣ ਮੁਨਾਰਾ ਜਿਹੜਾ ਹੋ ਕੇ ਉਹ ਕੁਝ ਗੱਲਾਂ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦਿੱਲੀ ਦੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਜਿਹੜਾ ਸਹੀ ਕਾਲਜ ਹੈ ਨਾ, ਮੈਂ ਵਿਸ਼ੇ ਗਲਤ ਬੋਲਦਾ, ਦਿੱਲੀ ਦੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਜਿਹੜਾ ਪ੍ਰੋਫੈਸਰ ਨੇ ਸਾਡੇ ਨਾਲ, ਪਰਮਿੰਦਰਪਾਲ ਸਿੰਘ ਬੇਦੀ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੁਹਾਨੂੰ ਵੀ ਮਿਲਵਾਉਂਦੇ ਹਾਂ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਗੱਲ ਕਰ ਰਹੇ ਸੀ ਕਿ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ, ਨੋਰਮਲੀ ਸਾਡੀ ਸੋਸਾਇਟੀ ਦੇ ਵਿੱਚ ਇਹ ਚੀਜ਼ ਕਹੀ ਜਾਂਦੀ ਹੈ ਕਿ ਅਗਰ ਪੇਰੈਂਟਸ ਜਿਹੜੇ ਨੇ ਉਹ ਇੰਜੀਨੀਅਰ ਨੇ ਜਾਂ ਡਾਕਟਰ ਨੇ ਤਾਂ ਉਹ ਇਹੀ ਸੋਚਦੇ ਨੇ ਕਿ ਸਾਡਾ ਬੱਚਾ ਵੀ ਜਿਹੜਾ ਇੰਜੀਨੀਅਰ ਜਾਂ ਡਾਕਟਰ ਹੀ ਬਣੇ। ਤੁਹਾਡੀ ਕੀ ਸੋਚ ਹੈ ਇਸ ਬਾਰੇ? ਦੇਖੋ, ਪੇਰੈਂਟਸ ਦੀ ਸੋਚ ਆਪਣੇ ਹਿਸਾਬ ਨਾਲ ਠੀਕ ਹੈਗੀ ਹੈ। ਹਰ ਪੇਰੈਂਟ ਨੂੰ ਲੱਗਦਾ ਕਿ ਮੈਂ ਜਿਹੜੇ ਚੀਜ਼ 'ਚ ਕੰਮ ਕਰ ਚੁੱਕਾ, ਮੇਰਾ ਬੱਚਾ ਉਹਦੇ ਵਿੱਚ ਅਗਰ ਆਏਗਾ ਤਾਂ ਉਹਨੂੰ ਕਾਫੀ ਸੌਖ ਹੋਏਗੀ, ਮੈਂ ਉਹਨੂੰ ਉਸ ਲਾਈਨ 'ਚ ਪ੍ਰੋਪਰਲੀ ਗਾਈਡ ਕਰ ਪਾਵਾਂਗਾ ਕਿੱਥੇ ਕਿੱਥੇ ਕਿਹੜੇ ਸਟੈਪ ਲੈ ਕੇ ਚੱਲਣਾ। ਲੇਕਿਨ ਅੱਜ ਦਾ ਜ਼ਮਾਨਾ ਬੜੀ ਤੇਜ਼ੀ ਨਾਲ ਚੇਂਜ ਹੋ ਰਿਹਾ। ਹਰ 6 ਮਹੀਨੇ ਦੇ ਵਿੱਚ, 3 ਮਹੀਨੇ ਦੇ ਵਿੱਚ ਐਸੀ ਚੇਂਜਸ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਪੁਰਾਣੇ ਐਕਸਪੀਰੀਅੰਸਿਸ ਨੇ ਉਹ ਓਨੇ ਜ਼ਿਆਦਾ ਲਾਭਦਾਇਕ ਨਹੀਂ ਹੋ ਸਕਦੇ ਬੱਚਿਆਂ ਵਾਸਤੇ। ਅਤੇ ਮੇਰੀ ਇੱਥੇ ਸੋਚ ਇਹ ਜਾਂਦੀ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਆਪਣੇ ਖੰਭ, ਆਪਣੇ ਵਿੰਗਸ ਦੇਣੇ ਚਾਹੀਦੇ ਨੇ, ਉਹਨਾਂ ਦੀ ਸੋਚ ਨੂੰ ਉਡਾਰੀ ਮਾਰਨ ਦੇਣੀ ਚਾਹੀਦੀ ਹੈ। ਕਿਉਂਕਿ ਸਾਡੀ ਐਜ਼ ਅ ਪੇਰੈਂਟ ਜਿਹੜੀ ਸੋਚ ਰਹਿੰਦੀ ਹੈ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ, ਜਿੰਨੀ ਮਾਰਕੀਟ ਅਸੀਂ ਦੇਖੀ ਜਾਂ ਜਿੰਨਾ ਕੁ ਸਾਡਾ ਵਿਊ ਪੁਆਇੰਟ ਹੈ।
ਲੇਕਿਨ ਮਾਰਕੀਟ ਦਾ ਵਿਊ ਪੁਆਇੰਟ ਜਿਹੜਾ ਇੰਡਸਟਰੀ ਦਾ ਵਿਊ ਪੁਆਇੰਟ ਜਿਹੜਾ ਉਹ ਬਹੁਤ ਜ਼ਿਆਦਾ ਚੇਂਜ ਹੋ ਚੁੱਕਾ, ਜਿਵੇਂ ਕਿ ਅਸੀਂ ਆਪਣੇ ਭਾਰਤ ਦੇਸ਼ 'ਚ ਦੇਖ ਰਹੇ ਹਾਂ ਕਿ ਐਂਟਰਪ੍ਰਨਰਸ਼ਿਪ ਨੂੰ, ਸਟਾਰਟਅਪਸ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਤੁਸੀਂ ਨੌਕਰੀ ਲੈਣ ਵਾਲੇ ਨਾ ਬਣੋ, ਰਾਦਰ ਨੌਕਰੀਆਂ ਜਨਰੇਟ ਕਰੋ ਔਰ ਲੋਕਾਂ ਨੂੰ ਨੌਕਰੀਆਂ ਦਿਓ। ਅਤੇ ਔਰ ਸਾਡੇ ਸਟਾਰਟਅਪਸ ਪੂਰੇ ਵਰਲਡ ਦੇ ਵਿੱਚ, ਇੰਨਾ ਰਿਸੈਸ਼ਨ ਇਸ ਵੇਲੇ ਆਇਆ ਹੋਇਆ, ਅਮੈਰੀਕਾ ਯੂਰਪ ਸਭ ਜਗ੍ਹਾ 'ਤੇ ਰਿਸੈਸ਼ਨ ਚੱਲ ਰਿਹਾ, ਲੇਕਿਨ ਅਸੀਂ ਉਹਨੇ ਰਿਸੈਸ਼ਨ 'ਚ ਨਹੀਂ ਹੈਗੇ। ਵੀ ਆਰ ਵੈਰੀ ਕੰਫਰਟੇਬਲ ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਜਸਟ ਬਿਕੋਜ਼ ਸਾਡਾ ਸਟਾਰਟਅਪ ਕਲਚਰ ਜਿਹੜਾ ਉਹ ਬੜਾ ਅੱਛਾ ਗਰੋ ਕਰ ਰਿਹਾ ਇੰਡੀਆ ਦੇ ਵਿੱਚ। ਅਤੇ ਇਸ ਕਰਕੇ ਪੇਰੈਂਟਸ ਦੀ ਸੋਚ ਨੂੰ ਮੈਂ ਗਲਤ ਵੀ ਨਹੀਂ ਕਹਾਂਗਾ, ਲੇਕਿਨ ਪੇਰੈਂਟਸ ਨੂੰ ਆਪਣੀ ਸੋਚ ਨੂੰ ਥੋੜ੍ਹਾ ਜਿਹਾ ਹਾਲਾਤਾਂ ਦੇ ਨਾਲ ਮੋਡੀਫਾਈ ਕਰਨਾ ਚਾਹੀਦਾ ਔਰ ਕਰਨਾ ਪਏਗਾ ਵੀ, ਕਿ ਬੱਚੇ ਜੋ ਆਪਣੇ ਅੜੋਸ ਪੜੋਸ ਦੇਖਦੇ ਨੇ, ਜੋ ਆਪਣੇ ਫਰੈਂਡਸ ਵੀ ਡਿਸਕਸ ਕਰਦੇ ਨੇ, ਉਹ ਬੱਚਿਆਂ ਦੀ ਗੱਲ ਵੀ ਸੁਣਨ, ਉਹਨਾਂ ਦੀ ਗੱਲ ਨੂੰ ਪੂਰੀ ਅਹਿਮੀਅਤ ਦੇਣ, ਫਿਰ ਡਿਸੀਜਨ ਲੈਣ ਕਿ ਬੱਚਾ ਮੇਰਾ ਲਾਈਫ 'ਚ ਕੀ ਕਰਨਾ ਚਾਹੁੰਦਾ ਔਰ ਉਹ ਉਹਦੇ ਵਾਸਤੇ ਕਿੰਨਾ ਕੁ ਜ਼ਿਆਦਾ ਫਾਇਦੇਮੰਦ ਹੋ ਸਕਦਾ ਜ਼ਿੰਦਗੀ ਦੇ ਵਿੱਚ। ਜੇ ਹੁਣ ਤੋਂ ਪਹਿਲਾਂ ਦੀ ਗੱਲ ਕਰੀਏ, 30-40 ਸਾਲ ਪਿੱਛੇ ਚਲੇ ਜਾਈਏ, ਤਾਂ ਕੀ ਹੁੰਦਾ ਸੀ ਨੋਰਮਲੀ ਕਿ ਜੇ ਘਰ ਦੇ ਵਿੱਚ ਜਿਹੜੇ ਪੇਰੈਂਟਸ ਨੇ ਜਾਂ ਜੇ ਉਹਨਾਂ ਦਾ ਜਿਹੜਾ ਕੰਮ ਹੈ, ਤਾਂ ਬੱਚੇ ਕੀ ਹੁੰਦਾ ਸੀ ਨਾਲ ਹੱਥ ਵਟਾਉਂਦੇ ਸੀ, ਨਾਲ ਉਹਨਾਂ ਦੇ ਜਾਂਦੇ ਸੀਗੇ, ਤਾਂ ਉਹ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਲਗਨ ਜਿਹੜੀ ਹੈ ਬੱਚੇ ਦੇ ਦਿਮਾਗ 'ਚ ਹੁੰਦਾ ਸੀ ਕਿ ਹਾਂ ਮੈਂ ਵੀ ਨਾਲ ਜਿਹੜਾ ਹੈ ਕਰਾਂ, ਤਾਂ ਅੱਧਾ ਕੰਮ ਤਾਂ ਜਿਹੜਾ ਬੱਚਾ ਉਦੋਂ ਹੀ ਸਿੱਖ ਲੈਂਦਾ ਸੀ ਨਾਲ ਛੋਟੇ ਹੁੰਦਿਆਂ ਤੋਂ ਹੀ। ਅੱਜ ਕੱਲ੍ਹ ਜੇ ਗੱਲ ਕੀਤੀ ਜਾਵੇ ਉਹ ਚੀਜ਼ ਨਹੀਂ ਹੈ। ਅੱਜ ਕੱਲ੍ਹ ਕੀ ਹੈ, ਬੱਚੇ ਆਪਣੇ ਕਾਲਜ, ਸਕੂਲ, ਟਿਊਸ਼ਨਸ, ਮਤਲਬ ਇੰਸਟੀਟਿਊਟ ਦੇ ਵਿੱਚ ਜਾਣਾ, ਇੰਨੇ ਜ਼ਿਆਦਾ ਬਿਜ਼ੀ ਹੋ ਗਏ ਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਸ ਚੀਜ਼ ਦਾ। ਸਟਿਲ ਫੋਰਸ ਕੀਤਾ ਜਾਂਦਾ ਹੈ ਕਿ ਨਹੀਂ ਇਹੀ ਚੀਜ਼ ਕਰ ਤੂੰ, ਕਈ ਵਾਰੀ ਬੱਚਿਆਂ ਦਾ ਮਨ ਨਹੀਂ ਵੀ ਹੁੰਦਾ, ਫਿਰ ਵੀ ਉਹਨਾਂ ਨੂੰ ਫੋਰਸ ਕੀਤਾ ਜਾਂਦਾ, ਕਿਤੇ ਨਾ ਕਿਤੇ ਇਹ ਚੀਜ਼ ਸਹੀ ਹੈ ਜਾਂ ਗਲਤ ਹੈ? ਦੇਖੋ, ਫੋਰਸ ਕਰਨ ਵਾਲਾ ਟਾਈਮ ਤਾਂ ਹੁਣ ਰਹਿ ਹੀ ਨਹੀਂ ਗਿਆ। ਹੁਣ ਅੱਜ ਕੱਲ੍ਹ, ਮਤਲਬ ਉਹ ਪੁਰਾਣਾ ਜ਼ਮਾਨਾ ਸੀ ਕਿ ਪੇਰੈਂਟਸ ਬੱਚਿਆਂ ਨੂੰ ਜੋ ਵੀ ਕਹਿ ਲੈਂਦੇ ਸੀ, ਕੰਨ ਵੀ ਫੜ ਲੈਂਦੇ ਸੀ, ਜੋ ਚਾਹੁੰਦੇ ਸੀ ਕਰਾ ਲੈਂਦੇ ਸੀ। ਹੁਣ ਅੱਜ ਦਾ ਜ਼ਮਾਨਾ ਜਿਹੜਾ, ਬੱਚਾ ਫੋਰਸ ਤਾਂ ਆਪਾਂ ਕਰ ਨਹੀਂ ਸਕਦੇ, ਔਰ ਅੱਜ ਤੁਸੀਂ ਵੀ ਸਾਰੇ ਜਾਣਦੇ ਹੋ ਵੀ ਸਕੂਲ ਦੇ ਟੀਚਰਾਂ ਨੂੰ ਬੱਚੇ ਨੂੰ ਇੱਕ ਥੱਪੜ ਤੱਕ ਮਾਰਨ ਦੀ ਹੁਣ ਇਜਾਜ਼ਤ ਨਹੀਂ ਹੈਗੀ, ਜਦਕਿ ਅਸੀਂ ਲੋਕਾਂ ਨੇ ਆਪਣੇ ਟਾਈਮ 'ਤੇ ਡੰਡੇ ਵੀ ਖਾਧੇ ਨੇ, ਥੱਪੜ ਵੀ ਖਾਧੇ ਨੇ, ਬੈਠਕਾਂ ਵੀ ਕੀਤੀਆਂ ਨੇ, ਸਭ ਕੁਝ ਕੀਤਾ। ਜ਼ਮਾਨਾ ਬਦਲ ਗਿਆ, ਉਹ ਚੀਜ਼ ਹੁਣ ਪੋਸੀਬਲ ਨਹੀਂ ਹੈ। ਮੈਂ ਹੁਣ ਜਿਵੇਂ ਤੁਸੀਂ ਦੱਸਿਆ ਵੀ ਇੰਜੀਨੀਅਰਿੰਗ ਕਾਲਜ ਦਾ, ਦਿੱਲੀ ਦਾ ਪ੍ਰੋਫੈਸਰ ਹਾਂ, ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨੋਲੋਜੀ ਦਾ, ਅਸੀਂ ਉੱਥੇ ਬੱਚਿਆਂ ਨੂੰ ਰਾਈਟ ਫਰੋਮ ਦ ਬਿਗਨਿੰਗ, ਫਸਟ ਈਅਰ ਤੋਂ ਹੀ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਕਹਿ ਦਿੰਦੇ ਹਾਂ ਵੀ ਤੁਹਾਡੇ ਵਾਸਤੇ ਇੱਥੇ ਪੂਰੀ ਖੁੱਲ੍ਹ ਹੈਗੀ ਹੈ। ਖੁੱਲ੍ਹ ਇਨ ਦਾ ਸੈਂਸ ਵਿਦ ਇਨ ਪੈਰਾਮੀਟਰਸ, ਤੁਸੀਂ ਕੁਛ ਵੀ ਅੱਛਾ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ, ਭਾਵੇਂ ਉਹ ਚੀਜ਼ ਟੈਕਨੀਕਲ ਨਾ ਵੀ ਹੋਵੇ, ਬਟ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ, ਤਾਂ ਕਿ ਤੁਸੀਂ ਅਗਰ ਸਾਡੇ ਕੋਲ ਆਏ ਹੋ, ਤੁਹਾਡੇ ਬੱਚੇ ਸਾਡੇ ਕੋਲ ਆਏ ਨੇ, ਤਾਂ ਓਬਵੀਅਸਲੀ ਉਹ ਲਾਈਫ ਦੇ ਵਿੱਚ ਕੁਝ ਬਹੁਤ ਚੰਗਾ ਬਣ ਕੇ ਨਿਕਲਣ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੰਜੀਨੀਅਰ ਬਣਾ ਰਹੇ ਹਾਂ ਅਤੇ ਉਹ ਇੰਜੀਨੀਅਰਿੰਗ ਖੇਤਰ ਦੇ ਵਿੱਚ ਕੋਈ ਬੜੀ ਵੱਡੀ ਅਚੀਵਮੈਂਟ ਕਰਨਗੇ, ਕਰ ਸਕਦੇ ਨੇ, ਬੱਚੇ ਸਾਡੇ ਬਹੁਤ ਵਧੀਆ ਕਰ ਰਹੇ ਨੇ, ਲੇਕਿਨ ਇੰਜੀਨੀਅਰਿੰਗ ਤੋਂ ਇਲਾਵਾ ਵੀ ਬਹੁਤ ਸਾਰੇ ਫੀਲਡਸ ਹੈਗੇ ਨੇ। ਐਕਟਿੰਗ ਦਾ ਫੀਲਡ ਹੈ, ਕਾਮੇਡੀ ਦਾ ਫੀਲਡ ਹੈ, ਸਪੋਰਟਸ ਦਾ ਫੀਲਡ ਹੈ, ਬੜੀ ਹੋਲਿਸਟਿਕਲੀ ਅਸੀਂ ਬੱਚਾ ਤਿਆਰ ਕਰਨਾ ਆਪਣੇ ਕਾਲਜ ਦੇ ਵਿੱਚ। ਬੱਚੇ ਨੂੰ ਪੈਰਾਮੀਟਰਸ ਦੇ ਵਿੱਚ ਰੱਖਦਿਆਂ ਹੋਇਆਂ ਹਰ ਚੀਜ਼ ਦੀ ਖੁੱਲ੍ਹ ਦਿੰਦੇ ਹਾਂ। ਸਾਡੀ ਕਾਲਜ ਦੇ ਵਿੱਚ ਮੇਰੇ ਖਿਆਲ 20-25 ਤਾਂ ਸੁਸਾਇਟੀਆਂ ਬਣਾਈਆਂ ਹੋਈਆਂ, ਜਿਹੜੇ ਬੱਚੇ ਖੁਦ ਹੀ ਸੁਸਾਇਟੀਜ਼ ਬਣਾਉਂਦੇ ਨੇ। ਫੋਟੋਗ੍ਰਾਫੀ ਦੀ ਵੀ ਸੁਸਾਇਟੀ ਹੈਗੀ ਹੈ, ਮੀਡੀਆ ਦੀ ਵੀ ਸੁਸਾਇਟੀ ਹੈਗੀ ਹੈ, ਜਿਹਦੇ ਬੱਚਿਆਂ ਨੂੰ ਅਸੀਂ ਪੂਰਾ ਅਲਾਓ ਕਰਨੇ ਹਾਂ ਕਿ ਤੁਸੀਂ ਆਪਣੇ ਹਿਸਾਬ ਨਾਲ ਲਾਈਫ 'ਚ ਕੁਝ ਅੱਛਾ ਕਰਨਾ ਚਾਹੁੰਦੇ ਹੋ, ਤੁਹਾਡੇ ਦਿਮਾਗ 'ਚ ਕੋਈ ਵਧੀਆ ਆਈਡੀਆਜ਼ ਨੇ, ਅਸੀਂ ਤੁਹਾਡੇ ਮੈਂਟਰਸ ਹਾਂ। ਹੁਣ ਟੀਚਰ ਦਾ ਰੋਲ ਬਾਏ ਐਂਡ ਲਾਰਜ ਇੱਕ ਮੈਂਟਰ ਵਾਲਾ ਰੋਲ ਹੋ ਗਿਆ, ਜਿਹੜਾ ਬੱਚੇ ਦੀ ਲਾਈਫ ਦਾ ਪਾਥਵੇ ਉਹਨੂੰ ਦੱਸ ਸਕੇ ਕਿ ਬੇਟਾ ਇਹ ਪਾਥਵੇ ਲੈ ਅਤੇ ਇਹਦੇ ਨਾਲ ਤੇਰੀ ਲਾਈਫ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋਣਗੀਆਂ। ਇਸ ਕਰਕੇ ਬੜੇ ਪੇਰੈਂਟਸ ਐਸੇ ਆਉਂਦੇ ਨੇ ਜਿਹੜੇ ਕਿ ਆਲਰੇਡੀ ਬਿਜ਼ਨਸ ਵਿੱਚ ਨੇ, ਆਪਣੇ ਬੱਚਿਆਂ ਨੂੰ ਬਿਜ਼ਨਸ ਲਿਆਉਣਾ ਚਾਹੁੰਦੇ ਨੇ, ਲੇਕਿਨ ਉਹ ਫਿਰ ਵੀ ਕਹਿੰਦੇ ਨੇ ਬੱਚਿਆਂ ਨੂੰ ਅਸੀਂ ਪੜ੍ਹਾਉਣਾ, ਇੰਜੀਨੀਅਰ ਬਣਾਉਣਾ ਔਰ ਉਸ ਤੋਂ ਬਾਅਦ ਇਹਦੇ 'ਚ ਲੈ ਕੇ ਆਉਣਾ ਬਿਜ਼ਨਸ ਦੇ ਵਿੱਚ, ਤਾਂ ਕਿ ਉਹ ਟੈਕਨੀਕਲੀ ਸਾਡੇ ਬਿਜ਼ਨਸ ਨੂੰ ਅੱਜ ਦੀ ਮਾਰਕੀਟ ਦੇ ਅਕੋਰਡਿੰਗਲੀ ਜ਼ਿਆਦਾ ਸਟਰੋਂਗ ਕਰ ਸਕਣ, ਇਹਦਾ ਲੈਵਲ ਬੜਾ ਉੱਚਾ ਕਰ ਸਕਣ। ਅਤੇ ਇਹਦੀ ਬੜੀ ਸਿੱਧੀ ਸਾਗਦੀ ਔਰ ਜਾਗਦੀ ਮਿਸਾਲ ਹੈ
ਬਈ ਅਸੀਂ ਬੜੇ ਛੋਟੇ ਛੋਟੇ ਹੁੰਦੇ ਸੀ, ਸਾਰੇ ਪੇਰੈਂਟਸ ਬੜੇ ਛੋਟੇ ਛੋਟੇ ਹੁੰਦੇ ਸੀ, ਅਤੇ ਟਾਟਾਸ ਬਿਰਲਾਸ ਨੂੰ ਕਦੀ ਪੜ੍ਹਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ, ਇੰਨੇ ਵੱਡੇ ਬਿਜ਼ਨਸ ਟਾਈਕੂਨ ਸਨ। ਮਤਲਬ ਮੈਨੂੰ ਆਪਣੇ ਬਚਪਨ ਦਾ ਯਾਦ ਹੈ, ਮੇਰੇ ਫਾਦਰ ਦੱਸਦੇ ਹੁੰਦੇ ਸੀ, ਅਖਬਾਰਾਂ 'ਚ ਰੇਟਿੰਗ ਆਉਂਦੀ ਸੀ, ਇੱਕ ਸਾਲ ਟਾਟਾ ਨੰਬਰ 1, ਇੱਕ ਸਾਲ ਬਿਰਲਾ ਨੰਬਰ 1, ਅਤੇ ਉਹਨਾਂ ਦੇ ਬੱਚੇ ਦੇਖੋ। ਅੱਜ ਐਸਾ ਟ੍ਰੈਂਡ ਬਣਿਆ ਕਿ ਸਾਰਿਆਂ ਦੇ ਬੱਚੇ, ਪੋਤਰੇ, ਪੜਪੋਤਰੇ ਸਾਰੇ ਹੀ ਪੜ੍ਹੇ ਲਿਖੇ ਨੇ, ਅਤੇ ਪੜ੍ਹਾਈ ਲਿਖਾਈ ਤੋਂ ਬਾਂਝ ਤਾਂ ਹੁਣ ਕੋਈ ਰਹਿ ਹੀ ਨਹੀਂ ਸਕਦਾ। ਹਰ ਬੰਦਾ, ਹਰ ਪੇਰੈਂਟ, ਭਾਵੇਂ ਉਹ ਰਕਸ਼ੇ ਵਾਲਾ ਹੈ, ਭਾਵੇਂ ਉਹ ਖੁਦ ਇੰਜੀਨੀਅਰ ਹੈ, ਭਾਵੇਂ ਉਹ ਡਾਕਟਰ ਹੈ, ਹਰ ਕੋਈ ਇਹ ਤਾਂ ਚਾਹੁੰਦਾ ਹੀ ਹੈ ਜੀ ਮੇਰਾ ਬੱਚਾ ਪੜ੍ਹ ਲਿਖ ਕੇ ਕੋਈ ਬੜਾ ਵਧੀਆ ਮੁਕਾਮ ਹਾਸਲ ਕਰੇ। ਉਹਦਾ ਇੱਕ ਬੜਾ ਵੱਡਾ ਰੀਜ਼ਨ ਹੈ, ਜੋ ਕਿ ਪੁਰਾਣੇ ਸਾਰੀ ਆਪਣੇ ਅਖਾਵਤ ਵੀ ਚੱਲਦੀ ਸੀ, ਸਾਰੇ ਬਜ਼ੁਰਗ ਵੀ ਕਹਿੰਦੇ ਸੀ ਕਿ ਪੜ੍ਹਾਈ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ। ਨੌਲੇਜ ਔਰ ਪੜ੍ਹਾਈ ਤੁਹਾਡੀ ਆਪਣੀ ਹੈ, ਡਿਗਰੀਆਂ ਗਵਾਚ ਜਾਣ, ਪੈਸਾ ਕਮਾਇਆ ਚਲਾ ਜਾਏ, ਤੁਹਾਡੇ ਚੰਗੇ ਚੰਗੇ ਚੱਲਦੇ ਬਿਜ਼ਨਸ ਅਪ ਐਂਡ ਡਾਊਨ ਆ ਜਾਣਗੇ, ਬਟ ਇਫ ਯੂ ਆਰ ਐਜੂਕੇਟਡ ਤਾਂ ਤੁਸੀਂ ਕਿਤੇ ਵੀ ਬੈਠ ਕੇ ਦੋ ਟਿਊਸ਼ਨਾਂ ਵੀ ਪੜ੍ਹਾ ਲਓਗੇ ਅਤੇ ਆਪਣੀ ਲਾਈਫ ਨੂੰ ਬੜਾ ਵਧੀਆ ਗੁਜ਼ਰਾਨ ਤੁਸੀਂ ਕਰ ਸਕਦੇ ਹੋ। ਸਰ, ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਤੁਸੀਂ ਦੱਸਿਆ ਕਿ ਤੁਹਾਡੇ ਕਾਲਜ ਦੇ ਵਿੱਚੋਂ ਇੰਜੀਨੀਅਰਿੰਗ ਕਰਕੇ ਬਹੁਤ ਇਹੋ ਜਿਹੀਆਂ ਸੈਲੀਬ੍ਰਿਟੀਜ਼ ਨੇ ਜਿਹੜੇ ਕਿ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਗਏ ਨੇ, ਕੌਣ ਕੌਣ? ਸਾਡੇ ਕਾਲਜ 'ਚੋਂ ਸਾਡੀ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਤਾਪਸੀ ਪੰਨੂ ਜੀ, ਉਹ ਮੇਰੇ ਹੀ ਸਟੂਡੈਂਟ ਰਹੇ ਨੇ, ਜੇ ਕਦੀ ਇਹ ਚੈਨਲ ਰਾਹੀਂ ਦੇਖਣਗੇ ਤਾਂ ਮੈਨੂੰ ਪਛਾਣ ਵੀ ਜਾਣਗੇ। ਮਤਲਬ ਸ਼ੀ ਵਾਜ਼ 2012-13 ਦੇ ਆਸ ਪਾਸ ਸ਼ਾਇਦ ਪਾਸ ਆਊਟ ਸਨ। ਉਸ ਤੋਂ ਬਾਅਦ ਸਾਡੇ ਲੰਗੜਾਮ ਪ੍ਰੋਡਕਸ਼ਨਸ ਦਾ ਬੱਚਾ ਹੈਗਾ ਰਮਨ ਬੇਸਿਲ, ਬਹੁਤ ਅੱਛਾ ਕੋਮੇਡੀ ਸਕਿੱਟਸ ਬਣਾਉਂਦੇ ਨੇ, ਔਨਲਾਈਨ ਸਾਰਾ ਕੁਝ ਆਉਂਦਾ, ਯੂਟਿਊਬ ਚੈਨਲ ਦੇ ਨੇ ਹਰਸ਼ਪ੍ਰੀਤ ਆਹੂਜਾ। ਬਿਜ਼ਨਸ ਵਿੱਚ ਸਾਡੇ ਬੱਚਿਆਂ ਨੇ ਆਪਣੇ ਸਟਾਰਟਅਪ ਸ਼ੁਰੂ ਕੀਤੇ ਨੇ, ਮੈਨੂੰ ਉਹ ਬੱਚੇ ਦਾ ਨਾਮ ਨਹੀਂ ਯਾਦ ਆ ਰਿਹਾ, ਹੁਣੇ ਹੀ ਪਿੱਛੇ ਮਿਲਿਆ ਸੀ, ਅਲਾਈਵ ਹੈਲਥ ਕੇਅਰ ਕਰਕੇ ਉਹਨਾਂ ਦੀ ਕੰਪਨੀ ਹੈ, ਅਤੇ ਇੰਡੀਆ ਦੀ ਟੌਪ 10 ਕੰਪਨੀਜ਼ ਦੇ ਵਿੱਚ ਉਹਨਾਂ ਨੂੰ ਲਿਆ ਕੇ ਬੜੀ ਵੱਡੀ ਫੰਡਿੰਗ ਉਹਨਾਂ ਨੇ ਚੁੱਕੀ ਹੈ। ਤਾਂ ਅੱਜ ਬੱਚਿਆਂ ਦਾ ਦਿਮਾਗ ਜਿਹੜਾ, ਮਤਲਬ ਦੈਟ ਇਜ਼ ਨੋਟ ਰਿਸਟ੍ਰਿਕਟਡ ਟੂ ਟੈਕਨੀਕਲ ਥਿੰਗਸ ਜਾਂ ਉੱਥੇ ਕਿਤੇ ਰੁਕ ਗਿਆ ਬੱਚੇ। ਮਤਲਬ ਮੈਂ ਅਗਰ ਤਾਪਸੀ ਪੰਨੂ ਦੀ ਗੱਲ ਕਰਾਂ, ਬੜੀ ਸਟੂਡੀਅਸ ਬੱਚੀ ਸੀ, ਪੜ੍ਹਾਈ 'ਚ ਬਹੁਤ ਅੱਛੀ ਸੀ, ਕਾਲਜ ਦਾ ਬੈਸਟ, ਵਨ ਆਫ ਦਾ ਬੈਸਟ ਡਾਂਸਰ ਸੀ ਕੁੜੀ, ਉਹ ਹਰ ਚੀਜ਼ ਦੇ ਵਿੱਚ ਉਹ ਪਾਰਟੀਸਪੇਟ ਕਰਦੀ ਸੀ, ਕਲਾਸਿਸ ਵਿੱਚ ਵੀ ਬੜੀ ਰੈਗੂਲਰ ਰਹਿੰਦੀ ਸੀ, ਲੇਕਿਨ ਉਹਦਾ ਬੈਂਟ ਆਫ ਮਾਈਂਡ ਕਿਤੇ ਨਾ ਕਿਤੇ ਸੀ ਮਾਡਲਿੰਗ ਵਾਲੀ ਸਾਈਡ 'ਤੇ, ਤਾਂ ਅਲਟੀਮੇਟਲੀ ਉਹਨੇ ਆਪਣਾ ਕਰੀਅਰ ਫਿਲਮ ਇੰਡਸਟਰੀ 'ਚ ਬਣਾ ਰਿਹਾ। ਰਮਨ ਬੇਸਿਲ ਬੱਚਾ ਸੀ, ਉਹ ਇਲੈਕਟ੍ਰੀਕਲ ਇੰਜੀਨੀਅਰ ਦਾ ਸੀ, ਇਲੈਕਟ੍ਰੀਕਲ ਇੰਜੀਨੀਅਰਿੰਗ ਉਹਨੇ ਸਾਡੇ ਕਾਲਜ ਤੋਂ ਕੀਤੀ ਸੀ, ਉਹ ਕਾਲਜ ਦੇ ਵਿੱਚ ਹੀ ਜਿੰਨੇ ਫੰਕਸ਼ਨਸ ਹੁੰਦੇ ਸੀ ਸਭ ਵਿੱਚ ਉਹ ਸਟੈਂਡ ਅਪ ਕੋਮੇਡੀਜ਼ ਕਰਦਾ ਸੀ, ਸਭ ਕੁਝ ਕਰਦਾ ਸੀ, ਉਹਨੇ ਆਪਣਾ ਕਰੀਅਰ ਗ੍ਰਾਫ ਉੱਥੇ ਬਣਾ ਲਿਆ, ਐਂਡ ਵੀ ਸਪੋਰਟਡ। ਮਤਲਬ ਮੇਰੇ ਬੱਚਿਆਂ ਨੂੰ ਪਤਾ, ਮੈਂ ਹਮੇਸ਼ਾ ਉਹਨਾਂ ਨਾਲ ਸਪੋਰਟ ਦੇ ਵਿੱਚ, ਮੈਂ, ਮੇਰੇ ਡਾਇਰੈਕਟਰ, ਮੇਰੀ ਮੈਨੇਜਮੈਂਟ ਇਸ ਸਪੋਰਟ ਵਿੱਚ ਹਮੇਸ਼ਾ ਰਹਿੰਦੇ ਕਿ ਬੱਚਾ ਜੋ ਕਰਨਾ ਚਾਹੁੰਦਾ ਅਸੀਂ ਉਹਦੇ ਵਾਸਤੇ ਬੈਸਟ ਪੋਸੀਬਲ ਚੀਜ਼ਾਂ ਉੱਥੇ ਅਲਾਈਨ ਕਰਾਈਏ, ਤਾਂ ਕਿ ਬੱਚਾ ਆਪਣੀ ਲਾਈਫ ਦੇ ਵਿੱਚ ਆਪਣੇ ਚਾਹਤ ਵਾਲੇ ਖੇਤਰ ਦੇ ਵਿੱਚ ਕੋਈ ਬੜਾ ਅੱਛੀ ਅਚੀਵਮੈਂਟ ਕਰ ਸਕੇ। ਇਹ ਤਾਂ ਆਪਾਂ ਗੱਲ ਕੀਤੀ ਕਿ ਪੇਰੈਂਟਸ ਸੀਗੇ, ਪੇਰੈਂਟਸ ਜਿਹੜਾ ਮਾਈਂਡ ਸੈਟ ਹੈ ਉਹ ਥੋੜ੍ਹਾ ਚੇਂਜ ਕਰਨ ਦੀ ਲੋੜ ਹੈ। ਦੂਸਰੇ ਪਾਸੇ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਹੁਣੇ ਦੱਸਿਆ ਕਿ ਜਿਹੜੇ ਟੀਚਰਸ ਨੇ, ਜਿਹੜੇ ਪ੍ਰੋਫੈਸਰ ਨੇ, ਉਹ ਮਤਲਬ ਲੈਸ ਆਫ ਐਜ਼ ਏ ਟੀਚਰ ਅਤੇ ਜ਼ਿਆਦਾ ਐਜ਼ ਏ ਮੈਂਟਰ ਜਿਹੜਾ ਉਹਨਾਂ ਨੂੰ ਅੱਜ ਹੋਣ ਦੀ ਲੋੜ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਥੋੜ੍ਹਾ ਮੋਡੀਫਾਈ, ਥੋੜ੍ਹਾ ਚੇਂਜ ਕਰਨਾ ਚਾਹੀਦਾ ਅਕੋਰਡਿੰਗ ਟੂ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ? ਦੇਖੋ, ਮੈਂ ਤਕਰੀਬਨ 23-24 ਸਾਲ ਦਾ ਟੀਚਿੰਗ ਕਰ ਰਿਹਾ, ਅਤੇ ਮੇਰੇ ਭੈਣ ਭਰਾ ਟੀਚਰ ਜਿਹੜੇ ਨੇ, ਪਹਿਲੇ ਹੱਥ ਜੋੜ ਕੇ ਮਾਫ਼ੀ ਮੰਗ ਲੈਣਾ ਉਹਨਾਂ ਕੋਲੋਂ, ਸਾਡੇ ਟੀਚਰਾਂ ਵਿੱਚ ਨਾ ਥੋੜ੍ਹੀ ਸਟੂਡੈਂਟਸ ਦੇ ਆਈਡੀਆਜ਼ ਦੀ ਐਕਸੈਪਟੇਬਿਲਿਟੀ ਘੱਟ ਹੁੰਦੀ ਹੈ ਟੀਚਰ 'ਚ। ਜ਼ਿਆਦਾਤਰ ਟੀਚਰਾਂ ਦੇ ਵਿੱਚ ਇੱਕ ਥੋੜ੍ਹਾ ਜਿਹਾ ਈਗੋ ਪੁਆਇੰਟ ਹੁੰਦਾ, ਵੀ ਮੈਂ ਟੀਚਰ ਹਾਂ, ਮੈਂ ਜੋ ਕਹਿ ਰਿਹਾ ਉਹ ਠੀਕ ਕਹਿ ਰਿਹਾ। ਲੇਕਿਨ ਮੈਂ ਆਪਣੇ ਬੱਚਿਆਂ ਦੇ ਵਿੱਚ ਡੇ 1 ਤੋਂ ਐਕਸੈਪਟ ਕਰਨਾ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੈ, ਕਿਤੇ ਜ਼ਿਆਦਾ ਟੈਕਸੇ ਵੀ ਹੈ, ਔਰ ਕਿਤੇ ਜ਼ਿਆਦਾ ਅੱਜ ਜਦੋਂ ਇੰਜੀਨੀਅਰਿੰਗ ਕਰਨ ਹੀ ਆਉਂਦੇ ਨੇ ਬੱਚੇ, ਅਤੇ ਕਈ ਟੈਕਨੀਕਲ ਚੀਜ਼ਾਂ ਦੀ ਨੌਲੇਜ ਸਾਡੇ ਨਾਲੋਂ
ਬੜੀ ਫੀਲਡਸ ਦੇ ਵਿੱਚ ਬੈਟਰ ਵੀ ਹੁੰਦੀ ਹੈ। ਅਗਰ ਇਹ ਚੀਜ਼ ਅਸੀਂ ਐਕਸੈਪਟ ਕਰ ਲਈਏ ਸਾਰੇ ਟੀਚਰ ਔਰ ਸਾਰੇ ਇਸ ਚੀਜ਼ ਨੂੰ ਮੰਨੀਏ ਕਿ ਟੈਕਨੀਕਲੀ ਜਾਂ ਤਾਂ ਅਸੀਂ ਆਪਣੇ ਆਪ ਨੂੰ ਐਡਾ ਐਡਵਾਂਸ ਕਰੀਏ ਕਿ ਅਸੀਂ ਇੰਡਸਟਰੀ ਸਟੈਂਡਰਡਸ ਦੀ ਨੌਲੇਜ ਲੈ ਕੇ ਚੱਲੀਏ, ਜੋ ਕਿ ਬਾਏ ਐਂਡ ਲਾਰਜ ਜ਼ਿਆਦਾ ਕਾਲਜਾਂ ਵੱਲੋਂ ਜਾਂ ਮਤਲਬ ਹਾਲਾਤਾਂ ਵੱਲੋਂ ਅਲਾਓ ਨਹੀਂ ਹੋ ਪਾਉਂਦਾ, ਬਿਕੋਜ਼ ਟੀਚਰ ਨੇ ਆਪਣਾ ਸਬਜੈਕਟ ਵੀ ਪੂਰਾ ਪੜ੍ਹਾਉਣਾ ਹੁੰਦਾ, ਆਪਣਾ ਟਾਈਮ ਸਿਰ ਨੋਟਸ ਵੀ ਬਣਾਉਣੇ ਨੇ, ਬੱਚਿਆਂ ਨੂੰ ਦੇਣੇ ਨੇ, ਰੂਟੀਨ 'ਚ ਪੇਪਰ ਚੈੱਕ ਕਰਨੇ ਨੇ, ਅਸਾਈਨਮੈਂਟਸ ਦੇਣੀਆਂ, ਉਹ ਵਰਕਲੋਡ ਇੰਨਾ ਹੁੰਦਾ ਕਿ ਕਿਤੇ ਨਾ ਕਿਤੇ ਟੀਚਰ ਇੰਡਸਟਰੀ ਸਟੈਂਡਰਡਸ 'ਤੇ ਆਪਣੇ ਆਪ ਨੂੰ ਤਿਆਰ ਕਰਨ ਦੇ ਵਿੱਚ ਅਸਮਰਥ ਰਹਿ ਜਾਂਦਾ। ਜੇ ਓਨੀ ਸਮਰੱਥਾ ਹੋ ਜਾਏ ਜੋ ਇੰਡਸਟਰੀ ਵਿੱਚ ਚੱਲ ਰਿਹਾ ਉਸ ਲੈਵਲ 'ਤੇ ਚੱਲਣ ਦੀ, ਤਾਂ ਤਾਂ ਉਹਦੇ ਵਰਗੀ ਕੋਈ ਗੱਲ ਨਹੀਂ ਹੈਗੀ। ਨਹੀਂ ਤਾਂ ਜੇ ਅਸੀਂ ਸਬਜੈਕਟ ਪੜ੍ਹਾਉਣ ਦੀ ਗੱਲ ਕਰੀਏ ਤਾਂ ਸਬਜੈਕਟਾਂ ਦੀ ਇੰਪੋਰਟੈਂਸ ਇੱਕ ਲੈਵਲ ਤੱਕ ਹੈ ਜਿੱਥੇ ਬੱਚੇ ਨੇ ਨੰਬਰ ਲੈਣੇ ਨੇ, ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨੀ ਹੈ, ਲੇਕਿਨ ਜਦੋਂ ਉਹ ਡਿਗਰੀ ਹਾਸਲ ਕਰਕੇ ਬੱਚੇ ਨੇ ਇੰਡਸਟਰੀ ਨੂੰ ਫੇਸ ਕਰਨਾ ਹੈ, ਅਤੇ ਮਾਫ ਕਰਨਾ, ਜਿਹੜਾ ਸਾਡਾ ਕਰੀਕੁਲਮ ਵੀ ਚੱਲ ਰਿਹਾ ਨਾ, ਸਾਡਾ ਕਰੀਕੁਲਮ ਚੇਂਜ ਹੁੰਦਾ 5 ਸਾਲ, 7 ਸਾਲ ਜਾਂ 10 ਸਾਲ ਵਿੱਚ, ਅਤੇ ਇੰਡਸਟਰੀ ਸਟੈਂਡਰਡ ਚੇਂਜ ਹੁੰਦੇ ਨੇ ਐਵਰੀ 3 ਮੰਥਸ ਐਵਰੀ 6 ਮੰਥਸ। ਰੋਜ਼ ਕੋਈ ਨਵੀਂ ਲੈਂਗੁਏਜ ਆ ਰਹੀ ਹੈ, ਰੋਜ਼ ਕੋਈ ਨਵੀਆਂ ਕਾਢਾਂ ਉੱਠ ਰਹੀਆਂ ਨੇ, ਡੇਲੀ ਕੁਛ ਨਵੀਂ ਚੀਜ਼ ਸੁਣਨ 'ਚ ਆ ਰਹੀ ਹੈ। ਉਹ ਸਭ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਥੋੜ੍ਹਾ ਜਿਹਾ ਮਤਲਬ ਮੇਰਾ ਸਾਰਾ ਜੋ ਵੀ ਸਾਡਾ ਮੇਰੇ ਟੀਚਰ ਭੈਣ ਭਰਾ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਬੱਚਿਆਂ ਦੇ ਆਈਡੀਆਜ਼ ਨੂੰ ਥੋੜ੍ਹਾ ਜਿਹਾ ਐਕਸੈਪਟ ਜ਼ਿਆਦਾ ਕਰਨ। ਜਿੱਥੇ ਬੱਚੇ ਨੂੰ ਲੋੜ ਪਏ ਉੱਥੇ ਉਹਦਾ ਭੈਣ ਭਰਾ, ਉਹਦਾ ਮਦਰ ਫਾਦਰ ਦਾ ਫਿਗਰ ਬਣ ਕੇ ਬੱਚੇ ਦੇ ਨਾਲ ਅਗਰ ਖੜ੍ਹੇ ਹੋਣ ਔਰ ਉਹਦੀ ਨੌਲੇਜ ਦੇ ਅਕੋਰਡਿੰਗਲੀ ਆਪਣੀ ਨੌਲੇਜ ਨੂੰ ਉਹਦੇ ਨਾਲ ਮਰਜ ਕਰਕੇ ਉਹਨੂੰ ਸਪੋਰਟ ਸਿਸਟਮ ਦੇ ਕੇ ਅਗਰ ਇਹ ਦੱਸ ਪਾਉਣ ਕਿ ਬਈ ਬੇਟਾ ਤੂੰ ਇਹ ਵਾਲੀ ਚੀਜ਼ ਅਗਰ ਇਸ ਤਰੀਕੇ ਨਾ ਕਰਕੇ ਇਸ ਤਰੀਕੇ ਕਰੇ ਤਾਂ ਤੇਰੀ ਲਾਈਫ ਜਿਹੜੀ ਹੈ, ਤੇਰਾ ਪ੍ਰੋਜੈਕਟ ਜਿਹੜਾ ਹੈ, ਤੇਰਾ ਜੋ ਤੂੰ ਬਣਾਉਣਾ ਚਾਹੁੰਦਾ, ਜੋ ਤੂੰ ਕਰਨਾ ਚਾਹੁੰਦਾ, ਉਸ ਤੋਂ ਬੈਟਰ ਹੋ ਸਕਦਾ। ਉਹਦਾ ਰੀਜ਼ਨ ਕੀ ਹੈ ਕਿ ਟੀਚਰ ਦੇ ਕੋਲੋਂ, ਕਿਸੇ ਵੀ ਫੈਕਲਟੀ ਦੇ ਕੋਲੋਂ ਹਰ ਸਾਲ ਕਿੰਨੇ ਹੀ ਵੱਖਰੇ ਵੱਖਰੇ ਤਰੀਕੇ ਦੇ ਬੱਚੇ ਜਿਹੜੇ ਨੇ ਉਹ ਨਿਕਲਦੇ ਨੇ, ਉਹ ਆਈਡੀਆਜ਼ ਸੁਣਦੇ ਨੇ, ਉਹ ਆਈਡੀਆਜ਼ ਨੂੰ ਪੁਨਰਪਦਿਆਂ ਮਟੀਰੀਅਲਾਈਜ਼ ਹੁੰਦਿਆਂ ਵੱਡਾ ਹੁੰਦਿਆਂ ਦੇਖਦੇ ਨੇ, ਜੋ ਕਿ ਜਿਹੜਾ ਇੱਕ ਨਵਾਂ ਬੱਚਾ ਆਈਡੀਆ ਲੈ ਕੇ ਆਉਂਦਾ ਸ਼ਾਇਦ ਉਹਦੀ ਟੈਕਨੀਕਲ ਨੌਲੇਜ ਜ਼ਿਆਦਾ ਹੁੰਦੀ ਹੈ, ਬਟ ਉਸ ਆਈਡੀਆ ਦੀ ਦੂਰ ਅੰਦੇਸ਼ੀ ਉਹਦੇ 'ਚ ਇੰਨੀ ਨਹੀਂ ਹੁੰਦੀ ਵੀ ਉਹ ਆਈਡੀਆ ਕਿੱਥੇ ਜਾ ਕੇ ਕਿਸ ਲੈਵਲ 'ਤੇ ਉਹ ਗਰੋ ਕਰ ਸਕਦਾ। ਉਹ ਇੱਕ ਟੀਚਰ ਨੂੰ, ਇੱਕ ਮੈਂਟਰ ਨੂੰ, ਇੱਕ ਕਾਲਜ ਦੇ ਡਾਇਰੈਕਟਰ ਨੂੰ ਇਹ ਸਭ ਚੀਜ਼ਾਂ ਪਤਾ ਹੁੰਦੀਆਂ ਨੇ, ਅਤੇ ਇਹ ਚੀਜ਼ਾਂ ਦਾ ਅਗਰ ਅਸੀਂ ਸਾਰੇ ਰਲ ਕੇ ਇਸ ਚੀਜ਼ ਦਾ ਧਿਆਨ ਕਰੀਏ, ਸਪੈਸੀਫਿਕਲੀ ਟੀਚਿੰਗ ਫਰੈਟਰਨਲੀ, ਕਿਉਂਕਿ ਟੀਚਰਾਂ ਨੂੰ ਕਿਤੇ ਨਾ ਕਿਤੇ ਅਧਿਆਪਕਾਂ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ, ਅਤੇ ਉਹਦੇ ਅਕੋਰਡਿੰਗਲੀ ਅਗਰ ਬੱਚਿਆਂ ਨੂੰ ਥੋੜ੍ਹਾ ਜਿਹਾ ਫੈਸਿਲੀਟੇਟ ਕਰਨ, ਆਪਣੀ ਈਗੋ ਨੂੰ ਥੋੜ੍ਹਾ ਜਿਹਾ ਥੱਲੇ ਕਰਨ ਔਰ ਬੱਚਿਆਂ ਨੂੰ ਇਹ ਥੋੜ੍ਹਾ ਜਿਹਾ ਸਪੇਸ ਦੇਣ, ਬੱਚੇ ਨੂੰ, ਬੱਚਾ ਜੋ ਆਈਡੀਆ ਲੈ ਕੇ ਆ ਰਿਹਾ ਉਹ ਆਈਡੀਆ ਨੂੰ ਸੁਣ ਕੇ, ਉਹਨੂੰ ਹੈਲਪ ਆਊਟ ਕਰਕੇ, ਉਹਨੂੰ ਪਾਥਵੇ ਦੇ ਕੇ ਉਹਨੂੰ ਗਰੋ ਕਰਵਾਉਣ, ਅਤੇ ਉਹ ਆਪ ਟੀਚਰ ਦੇਖਣਗੇ ਕਿ ਉਹਨਾਂ ਨੂੰ ਇੰਨਾ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ ਥੋੜ੍ਹੇ ਟਾਈਮ ਬਾਅਦ, ਕਿ ਜਦੋਂ ਆਪਣੇ ਅੱਖੀ ਦੇਖਣਗੇ ਕਿ ਆਈਡੀਆ ਯਾਰ ਸਾਡੇ ਹੱਥੋਂ ਨਿਕਲਿਆ ਸੀ, ਸਾਡੇ ਨਾਲ ਬੱਚਿਆਂ ਨੇ ਡਿਸਕਸ ਕੀਤਾ ਸੀ, ਅੱਜ ਸਾਡਾ ਬੱਚਾ ਕਿੱਡੀ ਵੱਡੀ ਬੁਲੰਦੀਆਂ 'ਤੇ ਪਹੁੰਚਿਆ ਹੋਇਆ। ਅਤੇ ਮੇਰਾ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਹੈਗੀ ਹੈ ਕਿ ਸਾਰੇ ਬੱਚਿਆਂ ਨੂੰ, ਆਪਣੇ ਬੱਚੇ ਜਿਵੇਂ ਆਪਣੇ ਘਰ ਦੇ ਬੱਚਿਆਂ ਦੀ ਗੱਲ ਸੁਣ ਕੇ ਉਹਨਾਂ ਨੂੰ ਗਰੋ ਕਰਨ ਦੇ ਵਿੱਚ ਹੈਲਪ ਆਊਟ ਕਰਦੇ ਹੋ, ਜੇ ਸਾਰੇ ਟੀਚਰ ਆਪਣੇ ਕਲਾਸ ਦੇ ਬੱਚਿਆਂ ਨੂੰ, ਆਪਣੇ ਫਰਟਰਨਿਟੀ ਜਿੰਨੀ ਉਹਨਾਂ ਦੇ ਆਸ ਪਾਸ ਹੈਗੀ ਹੈ, ਜੇ ਇਸ ਤਰ੍ਹਾਂ ਦਾ ਇਨਵਾਇਰਮੈਂਟ ਕ੍ਰੀਏਟ ਕਰ ਦੇਣ, ਤਾਂ ਯੂ ਵਿਲ ਸੀ ਕਿ ਬੜੀ ਜਲਦੀ ਇਹ ਚੀਜ਼ਾਂ ਵੀ ਡਿਫਰੈਂਸ ਦਿਖਣਾ ਦਿਖਾਈ ਦੇਗਾ। ਇੱਕ ਆਖਰੀ ਸਵਾਲ, ਜਿਹੜੇ ਬੱਚੇ ਨੇ ਅੱਜ ਦੇ ਨਾ, ਉਹ ਕਿਤੇ ਨਾ ਕਿਤੇ ਨਾ ਹੱਥੀਂ ਕੰਮ ਕਰਨ ਤੋਂ ਬਹੁਤ ਭੱਜਦੇ ਨੇ, ਕਿ ਜਿਹੜਾ ਕੋਈ ਵੀ ਆਪਾਂ ਕਹਿ ਲਈਏ ਕਿ ਹੱਥ ਦਾ ਜਿਹੜਾ ਗੁਣ ਹੁੰਦਾ, ਜਿਹੜਾ ਆਪਾਂ ਨੋਰਮਲ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਹੱਥ ਦਾ ਜਿਹੜਾ ਗੁਣ ਹੁੰਦਾ ਉਹ ਬੜਾ ਜ਼ਰੂਰੀ ਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਕਿ ਨੌਲੇਜ ਜਿਹੜੀ ਹੈ ਉਹ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ, ਇੱਦਾਂ ਹੀ ਜਿਹੜਾ ਗੁਣ ਆਉਂਦਾ ਹੱਥ ਦੇ ਵਿੱਚ ਉਹ ਕੋਈ ਖੋ ਨਹੀਂ ਸਕਦਾ, ਬੱਚੇ ਜਿਹੜਾ ਅੱਜ ਕੱਲ੍ਹ ਬਹੁਤ ਭੱਜਦੇ ਨੇ ਇਸ ਚੀਜ਼ ਤੋਂ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਬੱਚਿਆਂ ਦੇ ਭੱਜਣ ਦਾ ਰੀਜ਼ਨ ਇਹ ਕਿ ਜੋ ਥਿਓਰੀਟੀਕਲੀ ਅਸੀਂ ਚੀਜ਼ਾਂ ਕਰਾ ਰਹੇ ਹਾਂ ਜਾਂ ਉਹਦੇ ਨਾਲ ਜਿਹੜੇ ਪ੍ਰੈਕਟੀਕਲ ਅਸੀਂ ਐਸੋਸੀਏਟ ਕੀਤੇ ਨੇ ਨਾ,
ਉਹ ਪ੍ਰੈਕਟੀਕਲ ਔਰ ਥਿਊਰੀ ਨੂੰ ਨਾ ਬੱਚਾ ਕਿਤੇ ਨਾ ਕਿਤੇ ਕੋਰੀਲੇਟ ਨਹੀਂ ਕਰ ਪਾਉਂਦਾ, ਬਿਕੋਜ਼ ਜਿਹੜੇ ਇਕੁਪਮੈਂਟ 'ਤੇ ਅਸੀਂ ਕੰਮ ਕਰਾਉਣਾ ਹੈ ਪ੍ਰੈਕਟੀਕਲ ਕਰਾਉਣੇ ਨੇ, ਔਰ ਜੋ ਐਕਚੁਅਲ ਸਨੈਰੋ ਬੱਚੇ ਨੇ ਜਾ ਕੇ ਇੰਡਸਟਰੀ 'ਚ ਦੇਖਣਾ, ਉਹਨਾਂ ਵਿੱਚ ਕਾਫੀ ਡਿਫਰੈਂਸ ਹੈਗਾ। ਅਗਰ ਅਸੀਂ ਬੱਚਿਆਂ ਨੂੰ ਉਹ ਇੰਡਸਟਰੀ ਦਾ ਐਕਸਪੋਜ਼ਰ ਦੇ ਸਕੀਏ ਔਰ ਬੱਚਿਆਂ ਨੂੰ ਸ਼ੁਰੂ ਤੋਂ ਇਹ ਚੀਜ਼ ਸਮਝਾ ਸਕੀਏ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ, ਥਿਊਰੀ ਦੀ ਇੰਪੋਰਟੈਂਸ ਹੈਗੀ ਹੈ, ਬਟ ਉਹ ਥਿਊਰੀ ਦੀ ਇੰਪਲੀਮੈਂਟੇਸ਼ਨ ਪ੍ਰੈਕਟੀਕਲੀ ਅਸੀਂ ਕਿੰਨੀ ਸਟਰੋਂਗ ਕਰਾਂਗੇ ਔਰ ਇੰਡਸਟਰੀ ਵਿੱਚ ਜਾ ਕੇ ਜਾਂ ਡੇਲੀ ਲਾਈਫ ਦੇ ਵਿੱਚ ਉਹਨੂੰ ਕੋਰੀਲੇਟ ਕਰ ਸਕੀਏ ਕਿਸੇ ਵੀ ਆਈਡੀਆ ਨੂੰ, ਜਿਹਦੇ ਨਾਲ ਕਿ ਬੱਚਾ ਕੋਈ ਵੀ ਬੈਠਾ ਬੈਠਾ ਆਪਣੇ ਆਸ ਪਾਸ ਕੋਈ ਵੀ ਚੀਜ਼ ਨੂੰ ਦੇਖ ਕੇ ਇੱਕ ਪ੍ਰੋਬਲਮ ਸਟੇਟਮੈਂਟ ਜਨਰੇਟ ਕਰ ਸਕੇ, ਅਤੇ ਉਹ ਪ੍ਰੋਬਲਮ ਸਟੇਟਮੈਂਟ ਦਾ ਫਿਰ ਜਦੋਂ ਆਂਸਰ ਲੱਭਣ ਜਾਏਗਾ ਤਾਂ ਉਹਨੂੰ ਇਹ ਚੀਜ਼ਾਂ ਬੜੀਆਂ ਸੌਖੀਆਂ ਲੱਗਣਗੀਆਂ ਔਰ ਉਹ ਹੱਥ ਨਾਲ ਕੰਮ ਕਰਨ ਨੂੰ ਰਾਜ਼ੀ ਵੀ ਹੋ ਜਾਏਗਾ। ਇਹ ਰਾਜ਼ੀ ਨਾ ਹੋਣ ਦਾ ਜਾਂ ਭੱਜਣ ਦਾ ਇੱਕੋ ਰੀਜ਼ਨ ਹੈ ਕਿ ਜੋ ਅਸੀਂ ਉਹਨੂੰ ਪ੍ਰੈਕਟੀਕਲੀ ਕਰਵਾਉਣਾ ਚਾਹ ਰਹੇ ਹਾਂ ਔਰ ਜੋ ਪ੍ਰੈਕਟੀਕਲੀ ਉਹ ਦੇਖ ਸੁਣ ਰਿਹਾ, ਉਹ ਪ੍ਰੈਕਟੀਕਲਸ ਦੇ ਵਿੱਚ ਹੀ ਬੜਾ ਜ਼ਿਆਦਾ ਡਿਫਰੈਂਸ ਹੈਗਾ। ਪ੍ਰੈਕਟੀਕਲ ਔਨ ਇਕੁਪਮੈਂਟਸ, ਪ੍ਰੈਕਟੀਕਲਸ ਔਨ ਸਿਮੂਲੇਸ਼ਨਸ, ਉਹ ਬੜੇ ਡਿਫਰੈਂਟ ਨੇ ਐਜ਼ ਕੰਪੇਅਰ ਟੂ ਜੋ ਇੰਡਸਟਰੀ ਦੇ ਐਕਚੁਅਲ ਪ੍ਰੈਕਟੀਕਲਸ ਹੋਣਗੇ। ਜੇ ਅਸੀਂ ਉਹਨਾਂ ਸਿਨੈਰੀਓਜ਼ ਵਿੱਚ ਔਰ ਹਰ ਪ੍ਰੋਬਲਮ ਨੂੰ ਅਗਰ ਬੱਚੇ ਨੂੰ ਸੋਲੂਸ਼ਨ ਕਰਨ ਦਾ ਕੋਲ ਬੈਠ ਕੇ ਤਰੀਕਾ ਸਮਝਾਈਏ, ਕੋਲ ਇੰਪਲੀਮੈਂਟ ਕਰਾਈਏ ਔਰ ਬੱਚੇ ਦਾ ਦਿਮਾਗ ਇਸ ਤਰੀਕੇ ਡਿਵੈਲਪ ਕਰਵਾਈਏ ਕਿ ਉਹ ਆਪਣੇ ਆਸ ਪਾਸ ਛੋਟੀ ਛੋਟੀ ਪ੍ਰੋਬਲਮ ਦੇਖ ਸਕੇ ਔਰ ਉਹ ਪ੍ਰੋਬਲਮ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਸਕੇ ਔਰ ਰੋਜ਼ਮਰਾ ਦੀ ਲਾਈਫ ਦੇ ਨਾਲ ਅਗਰ ਉਹਨੂੰ ਕੋਰੀਲੇਟ ਕਰ ਸਕੇ ਤਾਂ ਉਹ ਹੱਥ ਦਾ ਕੰਮ ਕਰਨ 'ਚ ਜਾਂ ਪ੍ਰੈਕਟੀਕਲ ਕਰਨ ਦੇ ਵਿੱਚ ਜ਼ਿਆਦਾ ਸਮਰੱਥ ਹੋ ਪਾਏਗਾ ਔਰ ਜ਼ਿਆਦਾ ਖੁਸ਼ੀ ਨਾਲ ਕਰੇਗਾ ਬੱਚਾ।